ਇਹ ਬਾਹਰ ਅਤੇ ਅੰਦਰ ਵੱਲ ਕਿਊਬ ਤਕਰੀਬਨ ਜਾਦੂਈ ਹੈ। ਇੱਕ ਪੁਰਾਣੇ ਟੈਟਰਾਪੈਕ ਦੀ ਫੱਟੀ ਲਵੋ ਅਤੇ ਉਸ ਉੱਤੇ ਚਾਰ ਚਕੋਰ ਅਤੇ ਚਾਰ ਤ੍ਰਿਭੁਜਾ ਬਣਾਓ। ਚਕੋਰ ਦਾ ਹਰ ਕੋਨਾ 4 ਸੈਂਟੀਮੀਟਰ ਹੋਵੇ। ਇਹ ਸਾਰੇ ਚਕੋਰ ਅਤੇ ਤ੍ਰਿਭੁਜਾਂ ਨੂੰ ਕੈਂਚੀ ਨਾਲ ਕੱਟ ਦਿਓ ਅਤੇ ਸੂਈ ਦੀ ਮਦਦ ਨਾਲ ਇਹ ਜਿਹੜੇ ਤ੍ਰਿਕੋ ਅਤੇ ਚਕੋਰ ਹਨ ਉਹਨਾਂ 'ਤੇ ਤਿੱਖੀਆਂ ਕਰੀਜ਼ ਬਣਾ ਲਓ ਤਾਂ ਕਿ ਉਹ ਸੋਹਣੀ ਤਰ੍ਹਾਂ ਮੁੜ ਸਕਣ। ਇਸ ਪੂਰੇ ਨੈੱਟਵਰਕ ਨੂੰ ਉੱਪਰ ਵੱਲ ਕਰੋ ਅਤੇ ਸਕੁਐਰ ਦੀ ਸ਼ਕਲ ਵਿੱਚ ਮੋੜ ਲਵੋ। ਅਖੀਰ 'ਤੇ ਤੁਹਾਨੂੰ ਇੱਕ ਛੋਟਾ ਜਿਹਾ ਫਲੈਪ ਮਿਲੇਗਾ। ਗੂੰਦ ਲਗਾਓ ਅਤੇ ਫਿਰ ਉਸ ਨੂੰ ਜੋੜੋ। ਹੁਣ ਜਾਦੂਈ ਕਿਊਬ ਤਕਰੀਬਨ ਤਿਆਰ ਹੈ। ਪਹਿਲਾ ਮਾਡਲ ਨੂੰ ਮੋੜੋ ਚਾਂਦੀ ਰੰਗਾ ਕਿਊਬ ਬਣਾਉਣ ਲਈ। ਇਸ ਦੇ ਸਾਰੇ 6 ਸਰਫੇਸ ਚਾਂਦੀ ਰੰਗੇ ਹੋਣਗੇ। ਹੁਣ ਇਸ ਕਿਊਬ ਨੂੰ ਮੋੜੋ ਅਤੇ ਫਲੈਟ ਕਰ ਲਵੋ ਅਤੇ ਇਸ ਨੂੰ ਰੈਕਟੈਂਗਲ ਦੇ ਆਕਾਰ ਵਿੱਚ ਮੋੜੋ, ਫਿਰ ਹੈਕਸਾਗਨ। ਹੁਣ ਹੈਰਾਨੀਜਨਕ ਕਿਊਬ ਹਰੇ ਰੰਗ ਦਾ ਹੋ ਜਾਵੇਗਾ। ਉਸ ਦੇ ਸਾਰੇ 6 ਸਰਫੇਸ ਹਰੇ ਹੋਣਗੇ। ਇਸ ਨੂੰ ਇੱਕ ਵਾਰ ਫਿਰ ਮੋੜੋ ਅਤੇ ਫਲੈਟ ਕਰੋ। ਇੱਕ ਰੈਕਟੈਂਗਲ ਦੀ ਸ਼ਕਲ ਵਿੱਚ ਮੋੜੋ, ਫਿਰ ਹੈਕਸਾਗਨ ਅਤੇ ਅਖੀਰ ਵਿੱਚ ਸਕੁਐਰ। ਇਸ ਵਾਰ ਮਾਡਲ ਖੁੱਲ੍ਹੇਗਾ ਅਤੇ ਇਹ ਸਾਰਾ ਚਾਂਦੀ ਰੰਗਾ ਹੋਵੇਗਾ।